ਤੁਸੀਂ ਨਾਰਕੋਸ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ। ਨਾਰਕੋਸ ਨੈੱਟਫਲਿਕਸ ਦੀ ਇੱਕ ਵੈਬ ਸੀਰੀਜ਼ ਹੈ ਜਿਹੜੀ ਕਿ ਇੱਕ ਸਪੈਨਿਸ਼ ਕ੍ਰਿਮੀਨਲ ਪਾਬਲੋ ਐਸਕੋਬਾਰ ਦੀ ਜੀਵਨ ਕਥਾ ਦੇ ਉੱਪਰ ਆਧਾਰਿਤ ਹੈ। ਪਾਬਲੋ ਐਸਕੋਬਾਰ ਹੈ ਤਾਂ ਇੱਕ ਅਪਰਾਧੀ ਸੀ, ਪਰ ਜਦੋਂ ਵੀ ਸਮਾਜ ਦੇ ਗਰੀਬ ਲੋਕਾਂ ਦੇ ਉੱਪਰ ਕੋਈ ਸੰਕਟ ਆਉਂਦਾ ਸੀ ਤਾਂ ਉਹ ਸਭ ਤੋਂ ਪਹਿਲਾਂ ਮਦਦ ਲੈ ਕੇ ਪਹੁੰਚ ਜਾਂਦਾ ਸੀ। ਪਰ ਪਾਬਲੋ ਐਸਕੋਬਾਰ ਹੀ ਇਕੱਲਾ ਅਜਿਹਾ ਨਹੀਂ ਸੀ ਜਿਹੜਾ ਇੱਕ ਪਾਸੇ ਸ਼ੈਤਾਨ ਸੀ ਤੇ ਦੂਜੇ ਪਾਸੇ ਲੋਕਾਂ ਦਾ ਮਸੀਹਾ ਸੀ। ਜਾਪਾਨ ਦੇ ਵਿੱਚ ਵੀ ਅੱਜ ਇੱਕ ਅਜਿਹੇ ਗਰੁੱਪ ਦਾ ਰਾਜ ਹੈ ਜਿਹੜਾ ਕਿ ਖੁਦ ਨੂੰ ਲੋਕਾਂ ਦਾ ਮਸੀਹਾ ਖਵਾਉਂਦਾ ਹੈ, ਪਰ ਉਹਨਾਂ ਦੀ ਅਸਲੀ ਸੱਚਾਈ ਕੁਝ ਹੋਰ ਹੈ। ਅੱਜ ਦੀ ਇਹ ਸਾਰੀ ਵੀਡੀਓ ਜਾਪਾਨ ਦੇ ਇੱਕ ਖਤਰਨਾਕ ਗੈਂਗ ਜਕੂਜਾ ਦੇ ਉੱਪਰ ਹੈ ਜਿਨ੍ਹਾਂ ਦਾ ਕਹਿਰ ਕੱਲੇ ਜਾਪਾਨ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ। ਇਸ ਗਰੁੱਪ ਦੇ ਰਸਮੋ ਰਿਵਾਜ ਤੇ ਜੁਰਮ ਇੰਨੇ ਵਹਿਸ਼ੀ ਤੇ ਇੰਨੇ ਖਤਰਨਾਕ ਨੇ ਕਿ ਉਹਨਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਦੋ ਵਾਰ ਸੋਚੋਗੇ ਜਾਪਾਨ ਦੇ ਵਿੱਚ ਛੁੱਟੀਆਂ ਮਨਾਉਣ ਜਾਣ ਲਈ। ਇਸ ਗਰੁੱਪ ਦਾ ਜਨਮ ਜਾਪਾਨ ਦੀ ਸਭ ਤੋਂ ਥੱਲੇ ਵਾਲੀ ਜਾਤੀ ਜਾਂ ਕਹੀਏ ਸਭ ਤੋਂ ਛੋਟੀ ਜਾਤੀ ਮੰਨੀ ਜਾਂਦੀ ਬ੍ਰੋਕੋਮੈਨ ਦੇ ਵਿੱਚ ਹੋਇਆ ਸੀ। ਬ੍ਰੋਕੋਮੈਨ ਲੋਕਾਂ ਦਾ ਉਸ ਸਮੇਂ ਜਾਪਾਨ ਦੇ ਵਿੱਚ ਕੋਈ ਮਹੱਤਵ ਹੀ ਨਹੀਂ ਸੀ, ਜਾਣੀ ਕਿ ਇਹ ਇੱਕ ਤਰ੍ਹਾਂ ਦੇ ਦੱਬੇ ਕੁਚਲੇ ਹੋਏ ਲੋਕ ਸਨ। ਇਹਨਾਂ ਲੋਕਾਂ ਨੂੰ ਸਰਕਾਰ ਤੱਕ ਕੋਈ ਜੌਬ ਨਹੀਂ ਦਿੰਦੀ ਸੀ ਤੇ ਇਹਨਾਂ ਲੋਕਾਂ ਦੇ ਕੋਲ ਨਾ ਤਾਂ ਰਹਿਣ ਦਾ ਕੋਈ ਟਿਕਾਣਾ ਸੀ ਨਾ ਕੋਈ ਖਾਣ ਪੀਣ ਦਾ ਸਾਧਨ ਸੀ। ਇਹੀ ਗਰੀਬੀ ਤੇ ਜਲਾਲਤ ਦੇ ਕਾਰਨ ਇਹਨਾਂ ਲੋਕਾਂ ਨੂੰ ਚੋਰੀ ਅਤੇ ਜੂਏਬਾਜ਼ੀ ਦਾ ਸਹਾਰਾ ਲੈਣਾ ਪਿਆ। ਬ੍ਰੋਕੋਮੈਨ ਜਾਤੀ ਦੇ ਵਿੱਚ ਇਸ ਤਰ੍ਹਾਂ ਦੋ ਗਰੁੱਪ ਬਣ ਗਏ। ਉਹਨਾਂ ਦੇ ਵਿੱਚੋਂ ਇੱਕ ਗਰੁੱਪ ਚੋਰੀ ਕੀਤੇ ਹੋਏ ਸਾਰੇ ਸਮਾਨ ਨੂੰ ਸਟਾਲ ਦੇ ਉੱਪਰ ਲਗਾ ਕੇ ਵੇਚ ਦਿੰਦਾ ਸੀ। ਇਹ ਗਰੁੱਪ ਦੇ ਦੂਜੇ ਮੈਂਬਰ ਪੁਰਾਣੀਆਂ ਤੇ ਖੰਡਰ ਹੋ ਚੁੱਕੀਆਂ ਇਮਾਰਤਾਂ ਦੇ ਵਿੱਚ ਜੂਏਬਾਜ਼ੀ ਦੇ ਦੋ ਨੰਬਰ ਦੇ ਅੱਡੇ ਚਲਾਉਣ ਲੱਗ ਗਏ। ਹੌਲੀ ਹੌਲੀ ਜਿਵੇਂ ਇਹਨਾਂ ਦੀ ਸੰਖਿਆ ਵਧਣ ਲੱਗੀ, ਉਹਨਾਂ ਦੇ ਨਾਲ ਹੀ ਇਹਨਾਂ ਦਾ ਸਮਾਜ ਦੇ ਵਿੱਚ ਪ੍ਰਭਾਵ ਵੀ ਵਧਣ ਲੱਗਿਆ ਤੇ ਸਰਕਾਰ ਨੇ ਵੀ ਇਹਨਾਂ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ। ਪਰ ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਖਤਰਨਾਕ ਗੈਂਗ ਬਣਾ ਲਿਆ ਜਿਸ ਦਾ ਨਾਮ ਰੱਖਿਆ ਗਿਆ ਜਕੂਜਾ। ਸ਼ੁਰੂਆਤੀ ਦੌਰ ਦੇ ਵਿੱਚ ਛੋਟੇ ਛੋਟੇ ਜੁਰਮ ਕਰਦੇ ਸਨ ਜਿਵੇਂ ਕਿ ਚੋਰੀ ਕਰ ਲਈ, ਵਸੂਲੀ ਕਰ ਲਈ ਤੇ ਲੋਕਾਂ ਨੂੰ ਬਲੈਕਮੇਲ ਕਰ ਲਿਆ। ਪਰ ਹੌਲੀ ਹੌਲੀ ਜਕੂਜਾ ਦੇ ਜੁਰਮ ਵੱਡੇ ਤੋਂ ਹੋਰ ਵੱਡੇ ਹੁੰਦੇ ਗਏ। ਜਿੱਥੇ ਪਹਿਲਾਂ ਜਕੂਜਾ ਛੋਟੇ ਮੋਟੀਆਂ ਧੋਖੇ ਧੜੀਆਂ ਦੇ ਵਿੱਚ ਸ਼ਾਮਲ ਹੁੰਦਾ ਸੀ, ਉੱਥੇ ਹੁਣ ਉਹ ਵੱਡੇ ਪ੍ਰੋਜੈਕਟ ਯਾਨੀ ਕਿ ਰੀਅਲ ਸਟੇਟ ਦੇ ਵਿੱਚ ਵੀ ਸਕੀਮਾਂ ਦੇ ਵਿੱਚ ਵੀ ਸ਼ਾਮਲ ਹੋਣ ਲੱਗਾ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਡਰ ਵੀ ਵਧਣ ਲੱਗਾ। ਚਿੰਤਾ ਦੀ ਗੱਲ ਤਾਂ ਇਹ ਸੀ ਕਿ ਸਰਕਾਰ ਵੀ ਇਹਨਾਂ ਦੇ ਨਾਲ ਮਿਲੀ ਹੋਈ ਸੀ, ਉਹ ਇਹਨਾਂ ਦੇ ਜੁਰਮ ਨੂੰ ਰੋਕਣ ਦੇ ਲਈ ਕੋਈ ਵੀ ਕੰਮ ਨਹੀਂ ਕਰ ਰਹੀ ਸੀ। ਜਕੂਜਾ ਗੈਂਗ ਦੇ ਲੋਕ ਖੁਦ ਨੂੰ ਪਰਿਵਾਰ ਸਮਝਦੇ ਨੇ ਤੇ ਉਹ ਇਸ ਪਰਿਵਾਰ ਦੇ ਵਿੱਚ ਕਿਸੇ ਨੇ ਵੀ ਜੇਕਰ ਸ਼ਾਮਲ ਹੋਣਾ ਹੁੰਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੇ ਖਤਰਨਾਕ ਰਿਵਾਜਾਂ ਨੂੰ ਪੂਰਾ ਕਰਨਾ ਪੈਂਦਾ ਹੈ। ਇਸ ਗੈਂਗ ਦੇ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਵੀ ਨਵੇਂ ਇਨਸਾਨ ਨੂੰ ਕਬੂਨ ਯਾਨੀ ਕਿ ਇੱਕ ਬੱਚੇ ਦਾ ਟੈਗ ਮਿਲਦਾ ਹੈ ਤੇ ਇਸ ਗਰੁੱਪ ਦੇ ਬੌਸ ਨੂੰ ਓਯਾਬੂਨ ਕਿਹਾ ਜਾਂਦਾ ਹੈ। ਜਿਵੇਂ ਹੀ ਇਸ ਗਰੁੱਪ ਦੇ ਵਿੱਚ ਕੋਈ ਨਵਾਂ ਮੈਂਬਰ ਐਂਟਰੀ ਲੈਂਦਾ ਹੈ ਤਾਂ ਉਹ ਪਹਿਲੇ ਦਿਨ ਆਪਣੇ ਬੌਸ ਦੇ ਨਾਲ ਬਹਿ ਕੇ ਜਾਪਾਨੀ ਸ਼ਰਾਬ ਸ਼ਾਕੀ ਨੂੰ ਪੀਂਦਾ ਹੈ ਤੇ ਜਦੋਂ ਇਹ ਇੱਕ ਵਾਰ ਇਕੱਠੇ ਬਹਿ ਕੇ ਸ਼ਰਾਬ ਪੀ ਲੈਣ ਤਾਂ ਇਹ ਨਵਾਂ ਮੈਂਬਰ ਜਕੂਜਾ ਦਾ ਪੱਕਾ ਮੈਂਬਰ ਬਣ ਜਾਂਦਾ ਹੈ ਤੇ ਇਹ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਆਪਣੇ ਪੂਰੇ ਸਰੀਰ ਦੇ ਉੱਪਰ ਟੈਟੂ ਬਣਾਉਣੇ ਪੈਂਦੇ ਨੇ ਤੇ ਇਹਨਾਂ ਸਾਰੇ ਟੈਟੂਆਂ ਨੂੰ ਏਰਾਜ਼ੂਮੀ ਕਿਹਾ ਜਾਂਦਾ ਹੈ ਤੇ ਟੈਟੂ ਬਣਾਉਣ ਦੀ ਪ੍ਰਕਿਰਿਆ ਵੀ ਕਾਫੀ ਜ਼ਿਆਦਾ ਖਤਰਨਾਕ ਹੁੰਦੀ ਹੈ ਕਿਉਂਕਿ ਇਹ ਟੈਟੂਆਂ ਨੂੰ ਬਣਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਇਹਨਾਂ ਨੂੰ ਬਾਂਸ ਦੀ ਸੂਈ ਦੇ ਨਾਲ ਬਣਾਇਆ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਜਕੂਜਾ ਗੈਂਗ ਦਾ ਇੱਕ ਇਹ ਵੀ ਰੂਲ ਹੈ ਜੇਕਰ ਇੱਥੋਂ ਦੇ ਕਿਸੇ ਵੀ ਗਰੁੱਪ ਮੈਂਬਰ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਦੇ ਬਦਲੇ ਉਹਨਾਂ ਨੂੰ ਆਪਣੇ ਬੌਸ ਨੂੰ ਆਪਣੀ ਚੀਚੀ ਕੱਟ ਕੇ ਦੇਣੀ ਪੈਂਦੀ ਹੈ ਤੇ ਛੋਟੀ ਉਂਗਲੀ ਜਾਂ ਕਹੀਏ ਚੀਚੀ ਉਹਨਾਂ ਦੀ ਮਾਫੀ ਦੀ ਨਿਸ਼ਾਨੀ ਹੁੰਦੀ ਹੈ ਤੇ ਜੇਕਰ ਬਾਅਦ ਦੇ ਵਿੱਚ ਵੀ ਫਿਰ ਉਸ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਆਪਣੀਆਂ ਹੋਰ ਉਂਗਲਾਂ ਕੱਟ ਕੇ ਦੇਣੀਆਂ ਪੈਂਦੀਆਂ ਨੇ, ਜਾਣੀ ਕਿ ਇੱਕ ਗਲਤੀ ਤੇ ਇੱਕ ਉਂਗਲ ਤੇ ਇਹਨਾਂ ਕਾਰਨਾਂ ਕਰਕੇ ਹੀ ਜਕੂਜਾ ਗੈਂਗ ਦੇ ਮੈਂਬਰਾਂ ਨੂੰ ਪਹਿਚਾਨਣਾ ਕਾਫੀ ਸੌਖਾ ਹੈ। ਇੱਥੋਂ ਤੱਕ ਕਿ ਸਰਕਾਰ ਨੇ ਜਕੂਜਾ ਗੈਂਗ ਦੇ ਉੱਪਰ ਪਬਲਿਕ ਦੇ ਵਿੱਚ ਆਪਣੇ ਟੈਟੂ ਦਿਖਾਉਣ ਤੇ ਰੋਕ ਲਗਾਈ ਹੈ ਤੇ ਹੁਣ ਜਕੂਜਾ ਜ਼ਿਆਦਾਤਰ ਵਾਈਟ ਕਾਲਰ ਕ੍ਰਾਈਮ ਦੇ ਲਈ ਜਾਣੇ ਜਾਂਦੇ ਨੇ। ਉਹ ਵੱਡੀਆਂ ਵੱਡੀਆਂ ਕੰਪਨੀਆਂ ਦੇ ਹੁਣ ਸਟਾਕ ਖਰੀਦਦੇ ਨੇ ਤੇ ਉਦੋਂ ਤੱਕ ਸਟਾਕ ਖਰੀਦਦੇ ਰਹਿੰਦੇ ਨੇ ਜਦੋਂ ਤੱਕ ਉਹ ਸਟਾਕ ਹੋਲਡਰ ਦੀ ਮੀਟਿੰਗ ਦੇ ਵਿੱਚ ਨਾ ਜਾ ਕੇ ਬੈਠ ਸਕਣ ਤੇ ਫਿਰ ਉੱਥੇ ਜਾ ਕੇ ਉਹ ਬਾਕੀ ਕੰਪਨੀ ਦੇ ਮੈਂਬਰਾਂ ਨੂੰ ਧਮਕਾ ਕੇ ਆਪਣਾ ਕੰਮ ਕਢਵਾ ਲੈਂਦੇ ਨੇ। ਇਸ ਤੋਂ ਬਿਨਾਂ ਜਕੂਜਾ ਹੋਰ ਵੀ ਕਈ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਨੇ। ਇਹਨਾਂ ਦਾ ਕੰਮ ਹੁੰਦਾ ਹੈ ਧੱਕੇ ਦੇ ਨਾਲ ਇਮਾਰਤਾਂ ਨੂੰ ਖਾਲੀ ਕਰਾਉਣਾ ਤੇ ਉੱਥੇ ਫਿਰ ਨਵੀਆਂ ਬਿਲਡਿੰਗਾਂ ਬਣਾ ਦੇਣਾ ਤੇ ਜਾਪਾਨ ਦੇ ਵਿੱਚ ਫੀਮੇਲ ਟ੍ਰੈਫਿਕਿੰਗ ਦੇ ਜ਼ਿੰਮੇਵਾਰ ਵੀ ਜਕੂਜਾ ਗੈਂਗ ਹੀ ਹੈ। ਜਕੂਜਾ ਗੈਂਗ ਦੇ ਮੈਂਬਰ ਦੂਜੇ ਦੇਸ਼ਾਂ ਦੀਆਂ ਕੁੜੀਆਂ ਨੂੰ ਆਪਣੇ ਝਾਂਸੇ ਦੇ ਵਿੱਚ ਲੈ ਲੈਂਦੇ ਨੇ, ਉਹ ਉਹਨਾਂ ਨੂੰ ਕੰਮ ਦਾ ਲਾਲਚ ਦੇ ਕੇ ਜਾਪਾਨ ਵਿੱਚ ਸੱਦ ਲੈਂਦੇ ਨੇ ਤੇ ਫਿਰ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਨੇ। ਪਰ ਸਭ ਤੋਂ ਜ਼ਿਆਦਾ ਮੁਨਾਫਾ ਤੇ ਪੈਸਾ ਉਹਨਾਂ ਨੂੰ ਡਰੱਗ ਦੇ ਕਾਰੋਬਾਰ ਤੋਂ ਹੀ ਮਿਲਦਾ ਹੈ। ਹਰ ਉਹ ਇਲੀਗਲ ਡਰੱਗ ਚਾਹੇ ਉਹ ਕੈਮੀਕਲ ਹੋਵੇ ਜਾਂ ਨੈਚੁਰਲ, ਜਿਹੜੀ ਵੀ ਡਰੱਗ ਦਾ ਤੁਸੀਂ ਨਾਮ ਜਾਣਦੇ ਹੋ ਸਾਰੀਆਂ ਡਰੱਗ ਦਾ ਕਾਰੋਬਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਜਕੂਜਾ ਗੈਂਗ ਕਰਦਾ ਹੈ। ਅੱਜ ਕੱਲ੍ਹ ਜਕੂਜਾ ਦੇ ਜਾਪਾਨ ਦੇ ਵਿੱਚ 4 ਗਰੁੱਪ ਨੇ। ਹੁਣ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਤੁਸੀਂ ਸੋਚੋਗੇ ਕਿ ਜੇਕਰ ਇਹ ਇੰਨੇ ਜ਼ਿਆਦਾ ਖਤਰਨਾਕ ਨੇ, ਇੰਨੇ ਜ਼ਿਆਦਾ ਵਹਿਸ਼ੀ ਨੇ ਤਾਂ ਫਿਰ ਇਹ ਲੋਕਾਂ ਦੇ ਮਸੀਹਾ ਕਿਸ ਤਰ੍ਹਾਂ ਨੇ। ਹੋਇਆ ਇਸ ਤਰ੍ਹਾਂ ਕਿ 2007 ਦੇ ਵਿੱਚ ਜਾਪਾਨ ਦੀ ਸਰਕਾਰ ਨੇ ਜਕੂਜਾ ਤੋਂ ਤੰਗ ਆ ਕੇ ਅਜਿਹੇ ਕਾਨੂੰਨ ਬਣਾ ਦਿੱਤੇ ਜਿਨ੍ਹਾਂ ਦੇ ਨਾਲ ਜਕੂਜਾ ਦਾ ਕੋਈ ਵੀ ਮੈਂਬਰ ਕਿਸੇ ਵੀ ਕੰਪਨੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹਿੱਸਾ ਨਹੀਂ ਪਾ ਸਕਦਾ ਸੀ ਤੇ ਨਾ ਹੀ ਆਪਣਾ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਕੰਮ ਕਰ ਸਕਦਾ ਸੀ ਤੇ ਇਹਨਾਂ ਕਾਨੂੰਨਾਂ ਦੇ ਕਾਰਨ ਹੀ ਜਕੂਜਾ ਦਾ ਕਾਰੋਬਾਰ ਤੇ ਉਹਨਾਂ ਦਾ ਦਬਦਬਾ ਹੁਣ ਜਾਪਾਨ ਦੇ ਵਿੱਚ ਘਟਣ ਲੱਗਿਆ ਸੀ।
ਹੁੰਦਾ ਹੈ ਤੇ ਬਾਕੀ ਹੋਰ ਕਿਸੇ ਲੁਟੇਰੇ ਦੇ ਵਿੱਚ ਹਿੰਮਤ ਨਹੀਂ ਕਿ ਜਕੂਜਾ ਗੈਂਗ ਦੇ ਏਰੀਏ ਦੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਰ ਸਕੇ, ਕਿਉਂਕਿ ਪੁਲਿਸ ਤੋਂ ਜ਼ਿਆਦਾ ਇਹ ਲੋਕਾਂ ਨੂੰ ਇਹ ਡਰ ਹੁੰਦਾ ਹੈ ਕਿ ਜੇਕਰ ਜਕੂਜਾ ਨੂੰ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਦੇ ਏਰੀਏ ਦੇ ਵਿੱਚ ਗਏ ਸੀ ਤਾਂ ਉਹ ਸਾਨੂੰ ਅਜਿਹੀ ਮੌਤ ਮਾਰਨਗੇ ਕਿ ਸਾਡੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ। ਕਿਹਾ ਜਾਂਦਾ ਹੈ ਕਿ ਜਕੂਜਾ ਗੈਂਗ ਨੇ ਜਾਪਾਨ ਦੇ ਵਿੱਚ ਜਿੰਨੇ ਵੀ ਗਰੀਬ ਤਬਕੇ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਤੇ ਕਦੇ ਵੀ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ, ਬਲਕਿ ਜਦੋਂ ਵੀ ਉਹਨਾਂ ਨੂੰ ਕੋਈ ਮਦਦ ਚਾਹੀਦੀ ਹੁੰਦੀ ਹੈ ਤਾਂ ਜਕੂਜਾ ਸਰਕਾਰ ਤੋਂ ਪਹਿਲਾਂ ਉਹਨਾਂ ਤੱਕ ਪਹੁੰਚ ਜਾਂਦੇ ਨੇ। ਵਰਲਡ ਵਾਰ 2 ਦੇ ਦੌਰਾਨ ਜਕੂਜਾ ਦੀ ਸੰਖਿਆ 18 ਲੱਖ ਸੀ, ਪਰ ਉਸ ਤੋਂ ਬਾਅਦ ਸਰਕਾਰ ਵੱਲੋਂ ਇਹਨਾਂ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਤੇ ਹੁਣ ਇਹਨਾਂ ਦੇ ਮੈਂਬਰਾਂ ਦੀ ਸੰਖਿਆ ਘਟ ਕੇ 85,000 ਰਹਿ ਗਈ ਹੈ। ਜਕੂਜਾ ਦੇ ਖਿਲਾਫ ਇੰਨੇ ਕਾਨੂੰਨ ਹੋਣ ਦੇ ਬਾਵਜੂਦ ਵੀ ਅੱਜ ਵੀ ਸਮਾਜ ਦੇ ਵਿੱਚ ਉਹਨਾਂ ਦੀ ਇੱਜ਼ਤ ਤੇ ਉਹਨਾਂ ਦਾ ਖੌਫ ਹੈ। ਜਕੂਜਾ ਅੱਜ ਵੀ ਜਾਪਾਨ ਦੇ ਵਿੱਚ ਉੱਥੋਂ ਦੇ ਅਮੀਰਾਂ ਦੇ ਲਈ ਗੈਂਗਸਟਰ ਨੇ ਤੇ ਉੱਥੋਂ ਦੇ ਗਰੀਬਾਂ ਦੇ ਲਈ ਮਸੀਹਾ ਨੇ। ਅਜਿਹਾ ਅਸੀਂ ਨਹੀਂ, ਉੱਥੋਂ ਦੇ ਲੋਕ ਕਹਿ ਰਹੇ ਨੇ। ਇਹ ਸੀ ਜਾਪਾਨ ਦੇ ਜਕੂਜਾ ਗੈਂਗ ਦੇ ਬਾਰੇ ਕੁਝ ਰੌਚਕ ਜਾਣਕਾਰੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।